ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਾਂ ਬੁੱਕ ਪੜ੍ਹ ਰਹੇ ਹਾਂ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਜੀਵਨ ਗਾਥਾ, ਜੋ ਕਿ ਸੰਤ ਬਾਬਾ ਸੇਵਾ ਸਿੰਘ ਜੀ ਲਿਖੀ ਹੋਈ ਹੈ। ਕੱਲ੍ਹ ਆਪਾਂ ਪੜ੍ਹ ਰਹੇ ਸੀ, ਬਾਬਾ ਜੀ ਸਾਨੂੰ ਅੰਮ੍ਰਿਤ ਛਕਣ ਦੇ ਫਾਇਦੇ ਦੱਸ ਰਹੇ ਨੇ ਕਿ ਜਦੋਂ ਜਗਿਆਸੂ ਗੁਰੂ ਵਾਲਾ ਬਣ ਕੇ ਸਤਿਗੁਰੂ ਪਾਸੋਂ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ, ਤਦੋਂ ਜਗਿਆਸੂ ਦੀ ਦੁਵਿਧਾ ਵਾਲੀ ਅਵਸਥਾ ਖਤਮ ਹੋ ਜਾਂਦੀ ਹੈ। ਪਰਮਾਤਮਾ ਉੱਪਰ ਪੂਰਨ ਭਰੋਸਾ ਬਣ ਜਾਂਦਾ ਹੈ, ਮਨੁੱਖ ਦੀਆਂ ਇਛਾਵਾਂ ਦੀ ਪੂਰਤੀ ਹੋ ਜਾਂਦੀ ਹੈ। ਜਗਿਆਸੂ ਤੇ ਪਰਮਾਤਮਾ ਦੇ ਵਿਚਕਾਰ ਜੋ ਮੇਰ ਤੇਰ ਪਾਉਣ ਵਾਲੀ ਮਾਇਆ ਦੀ ਦੂਤਾਂ ਦੀ ਦੀਵਾਰ ਬਣੀ ਹੋਈ ਹੈ, ਉਹ ਵੀ ਸਦਾ ਵਾਸਤੇ ਖਤਮ ਹੋ ਜਾਂਦੀ ਹੈ। ਜਗਿਆਸੂ ਨੂੰ ਪਰਮਾਤਮਾ ਵਿੱਚ ਇਸ ਤਰ੍ਹਾਂ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ, ਜਿਸ ਤਰ੍ਹਾਂ ਸੁਨਿਆਰਾ ਤਰ੍ਹਾਂ ਤਰ੍ਹਾਂ ਦੇ ਗਹਿਣੇ ਕੁਠਾਲੀ 'ਚ ਪਾ ਕੇ ਢਾਲ ਕੇ ਸੋਨੇ ਦੀ ਡਲੀ ਬਣਾ ਦਿੰਦਾ ਹੈ, ਉਸ ਥੈਲੀ ਵਿੱਚੋਂ ਫਿਰ ਕਿਸੇ ਗਹਿਣੇ ਦਾ ਸੋਨਾ ਵੱਖ ਨਹੀਂ ਕੀਤਾ ਜਾ ਸਕਦਾ। ਨਾਮ ਪ੍ਰਾਪਤੀ ਵਾਲੇ ਜਗਿਆਸੂ ਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ, ਸਹਿਜ ਅਵਸਥਾ ਵਿੱਚ ਸਮਾਈ ਹੋ ਕੇ ਅਨਹਦ ਸ਼ਬਦ ਸੁਣਨ ਲੱਗ ਜਾਂਦੇ ਹਨ। ਜਗਿਆਸੂ ਦਾ ਮਨ ਥਿਰ ਹੋ ਕੇ ਨਿਸ਼ਚਲ ਘਰ ਵਿੱਚ ਨਿਵਾਸ ਕਰ ਲੈਂਦਾ ਹੈ। ਇਹ ਸਾਰੀਆਂ ਬਰਕਤਾਂ ਗੁਰੂ ਵਾਲੇ ਬਣਨ ਤੋਂ ਉਪਰੰਤ ਹੀ ਸੰਭਵ ਹਨ। ਗੱਜਾ ਅੱਗੇ ਚੱਲਦੇ, ਪਿੰਡ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਪਿੰਡ ਮੁਰਾਦਪੁਰ ਨਰਿਆਲਾ ਤੋਂ ਮੇਜਰ ਪਿਆਰਾ ਸਿੰਘ ਆਪਣੇ ਸਾਂਢੂ ਸਰਦਾਰ ਤਾਰਾ ਸਿੰਘ ਪਿੰਡ ਧੁੱਗੇ ਨੂੰ ਆਪਣੀ ਛੁੱਟੀ ਦੌਰਾਨ ਮਿਲਣ ਆਏ। ਜਲ ਪਾਣੀ ਛਕਿਆ ਤੇ ਸ਼ਾਮ ਨੂੰ ਬਾਹਰ ਖੇਤਾਂ ਵੱਲ ਸੈਰ ਕਰਨ ਚਲੇ ਗਏ। ਰਸਤੇ ਤੁਰੇ ਜਾਂਦੇ ਸਰਦਾਰ ਤਾਰਾ ਸਿੰਘ ਨੇ ਮੇਜਰ ਪਿਆਰਾ ਸਿੰਘ ਨਾਲ ਸੁੱਤੇ ਗੱਲ ਕੀਤੀ ਕਿ ਮੇਜਰ ਸਾਹਿਬ, ਤੁਸੀਂ ਕਾਫੀ ਸਮੇਂ ਬਾਅਦ ਸਾਡੇ ਨਗਰ ਆਏ ਹੋ। ਸਾਡੇ ਨਗਰ ਦੇ ਹੀ ਇੱਕ ਮਹਾਂਪੁਰਖ ਇੱਥੇ ਚੜ੍ਹਦੇ ਪਾਸੇ 4 ਕੁ ਮੀਲ ਦੀ ਵਿੱਥ ਉੱਪਰ ਇੱਕ ਪੁਰਾਣੇ ਥੇ ਉੱਪਰ ਰਹਿੰਦੇ ਹਨ। ਉਹਨਾਂ ਦਾ ਨਾਮ ਭਾਈ ਹਰਨਾਮ ਸਿੰਘ ਜੀ ਹੈ। ਉਹ ਬਹੁਤ ਹੀ ਕਮਾਈ ਵਾਲੇ ਸਾਧੂ, ਬਹੁਤ ਹੀ ਕਮਾਈ ਵਾਲੇ ਪੁੱਗੇ ਹੋਏ ਸਾਧੂ ਹਨ। ਜੇ ਆਪ ਜੀ ਦਾ ਮਨ ਬਣਦਾ ਹੋਵੇ ਤਾਂ ਆਪਾਂ ਕੱਲ ਨੂੰ ਦੁਪਹਿਰ ਦਾ ਪ੍ਰਸ਼ਾਦਾ ਛੱਕ ਕੇ ਉਹਨਾਂ ਦੇ ਦਰਸ਼ਨ ਕਰ ਸਕਦੇ ਹਾਂ, ਕਿਉਂਕਿ ਤੁਹਾਡੀ ਧਾਰਮਿਕ ਰੁਚੀ ਹੈ, ਤੁਸੀਂ ਉਹਨਾਂ ਨਾਲ ਆਪਣੇ ਮਨ ਦੇ ਸ਼ੰਕੇ ਸਾਂਝੇ ਕਰ ਲਿਓ, ਸ਼ਾਇਦ ਮੈਨੂੰ ਵੀ ਤੁਹਾਡੇ ਗਿਆਨ ਗੋਸ਼ਟ 'ਚੋਂ ਕੋਈ ਲਾਭ ਹੋ ਜਾਵੇ। ਮੇਜਰ ਪਿਆਰਾ ਸਿੰਘ ਨੇ ਤਾਰਾ ਸਿੰਘ ਦੀ ਗੱਲ ਸੁਣੀ ਮੇਜਰ ਪਿਆਰਾ ਸਿੰਘ ਨੇ ਤਾਰਾ ਸਿੰਘ ਦੀ ਗੱਲ ਸੁਣੀ ਅਣਸੁਣੀ ਕਰ ਦਿੱਤੀ। ਤਾਰਾ ਸਿੰਘ ਨੇ ਮੇਜਰ ਸਾਹਿਬ ਨੂੰ ਮੁੜ ਕਿਹਾ ਕਿ ਕੀ ਤੁਹਾਡੇ ਵਿਚਾਰ ਉਹਨਾਂ ਮਹਾਂਪੁਰਖ ਦਰਸ਼ਨ ਕਰਨ ਦਾ ਨਹੀਂ ਹੈ? ਤਾਂ ਮੇਜਰ ਪਿਆਰਾ ਸਿੰਘ ਤਾਰਾ ਸਿੰਘ ਸੋਧਨ ਕਰਕੇ ਕਹਿਣ ਲੱਗੇ ਕਿ ਤਾਰਾ ਸਿੰਘ, ਅੱਜ ਕੱਲ੍ਹ ਤਾਂ ਹਰ ਬੰਨੇ ਉੱਪਰ ਸੰਤਾਂ ਨੇ ਆਪਣੇ ਡੇਰੇ ਬਣਾਏ ਹੋਏ ਨੇ, ਚੰਗੀ ਕਮਾਈ ਕਰਨ ਦੀ ਖਾਤਰ ਆਪੋ ਆਪਣੀ ਡੁਗਡੁਗੀ ਵਜਾਈ ਜਾਂਦੇ ਨੇ। ਗੁਰੂ ਦੀ ਪਰਮਾਤਮਾ ਦੀ ਕੋਈ ਗੱਲ ਨਹੀਂ ਕਰਦਾ, ਜੇ ਕੋਈ ਗੁਰੂ ਦੀ ਗੱਲ ਕਰਦਾ ਤਾਂ ਕਲਯੁਗ ਦਾ ਸਮਾਂ ਚੱਲ ਰਿਹਾ ਹੈ। ਜੇ ਕੋਈ ਗੁਰੂ ਦੀ ਗੱਲ ਕਰਦਾ ਹੈ, ਕਰਦਾ ਵੀ ਹੈ ਤਾਂ ਉਹਦੇ ਪਿੱਛੇ ਆਪਣੀ ਪੂਜਾ ਤੇ ਮਾਇਆ ਦੀ ਲਾਲਸਾ ਛੁਪੀ ਹੁੰਦੀ ਹੈ। ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਅੰਨੀ ਪੀਹੇ ਕੁੱਤਾ ਚੱਟੇ ਦੀ ਸਚਾਈ ਸਮਰਥਕ ਵਰਤ ਰਹੀ ਹੈ। ਤਾਰਾ ਸਿੰਘ, ਹੁਣ ਤਾਂ ਸਤਿਗੁਰੂ ਅਰਜਨ ਦੇਵ ਜੀ ਦਾ ਫੁਰਮਾਨ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ, ਪੂਰਨ ਤੌਰ ਤੇ ਸਾਕਾਰ ਹੋ ਰਿਹਾ ਹੈ। ਜਿਹੜਾ ਕੋਈ ਮਾਇਆ ਦੇ ਪ੍ਰਭਾਵ ਤੋਂ ਬਚਿਆ, ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ। ਤਾਰਾ ਸਿੰਘ ਨੇ ਉੱਤਰ ਦਿੱਤਾ ਕਿ ਮੇਜਰ ਸਾਹਿਬ, ਮੈਂ ਕੋਈ ਸੰਤਾਂ ਦਾ ਏਜੰਟ ਨਹੀਂ ਕਿ ਮੈਂ ਲੋਕਾਂ ਨੂੰ ਪ੍ਰੇਰ ਪ੍ਰੇਰ ਕੇ ਉੱਥੇ ਲਿਜਾਵਾਂ। ਮੇਰੀ ਤੁਹਾਡੇ ਨਾਲ ਰਿਸ਼ਤੇਦਾਰੀ ਹੋਣ ਕਰਕੇ ਤੇ ਤੁਹਾਡੀ ਧਾਰਮਿਕ ਰੁਚੀ ਹੋਣ ਕਰਕੇ ਮੈਂ ਤੁਹਾਡੇ ਭਲੇ ਵਾਸਤੇ ਉਹਨਾਂ ਦਰਸ਼ਨ ਲਈ ਉਹਨਾਂ ਦੇ ਦਰਸ਼ਨ ਕਰਨ ਲਈ ਕਿਹਾ।
ਉਹ ਸਾਡੇ ਨਗਰ ਦੇ ਹਨ ਤੇ ਮੈਂ ਬਚਪਨ ਤੋਂ ਉਹਨਾਂ ਨੂੰ ਜਾਣਦਾ। ਉਹਨਾਂ ਦੇ ਮਨ ਵਿੱਚ ਭੂਰਾ ਜਿੰਨਾ ਵੀ ਆਪਣੀ ਪੂਜਾ ਕਰਵਾਉਣ ਦੀ ਲੇਸ ਨਹੀਂ। ਰਹੀ ਮਾਇਆ ਦੀ ਗੱਲ, ਉਹ ਤਾਂ ਆਪਣੀ ਜ਼ਮੀਨ ਛੱਡ ਕੇ ਗਏ ਹਨ, ਆਪ ਖੁਦ ਅੰਮ੍ਰਿਤਧਾਰੀ ਹਨ ਤੇ ਹਰ ਇੱਕ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਂਦੇ ਹਨ। ਮੈਂ ਵੀ ਉਹਨਾਂ ਪਾਸੇ ਅੰਮ੍ਰਿਤਪਾਨ ਕੀਤਾ ਹੈ, ਅੱਜ ਤੱਕ ਮੈਂ ਉਹਨਾਂ ਨੂੰ ਆਪਣੇ ਪੈਰੀ ਹੱਥ ਲਵਾਉਂਦਿਆਂ ਨਹੀਂ ਵੇਖਿਆ। ਜੇ ਕੋਈ ਦੂਰੋਂ ਮੱਥਾ ਟੇਕਣ ਯਤਨ ਵੀ ਕਰੇ ਤਾਂ ਉਹ ਤਕੜੇ ਹੋ ਕੇ ਵਰਤ ਦਿੰਦੇ ਹਨ। ਆਪ ਹਮੇਸ਼ਾ ਸੰਗਤ ਵਿੱਚ ਬੈਠ ਕੇ ਸਵੇਰੇ ਸ਼ਾਮ ਸੰਗਤੀ ਨਿਤਨੇਮ ਕਰਦੇ ਹਨ ਤੇ ਹਮੇਸ਼ਾ ਪੰਗਤ ਵਿੱਚ ਬੈਠ ਕੇ ਸੰਗਤ ਦੇ ਨਾਲ ਦਾ ਹੀ ਲੰਗਰ ਛਕਦੇ ਹਨ। ਮੇਜਰ ਪਿਆਰਾ ਸਿੰਘ ਨੇ ਤਾਰਾ ਸਿੰਘ ਦੀ ਗੱਲ ਸੁਣ ਕੇ ਕਿਹਾ ਕਿ ਭਰਾਵਾ, ਇਹ ਗੁਣ ਇਹੋ ਜੀ ਕਰਨੀ ਮੈਂ ਅੱਜ ਤੇਰੇ ਮੂੰਹ ਤੋਂ ਪਹਿਲੀ ਵਾਰ ਸੁਣ ਰਿਹਾ, ਨਹੀਂ ਤੇ ਸੰਤਾਂ ਦਾ ਜਲ ਜਲਾਓ ਅੱਜ ਕੱਲ ਦੇ ਮਿਨਿਸਟਰਾਂ ਨਾਲੋਂ ਘੱਟ ਨਹੀਂ ਹੁੰਦਾ। ਜੇ ਕੁਝ ਜਗਿਆਸੂ ਸੰਤਾਂ ਨੂੰ ਮੱਥਾ ਨਾ ਟੇਕੇ ਤਾਂ ਸੰਤਾਂ ਦੇ ਸ਼ਰਧਾਲੂ ਉਸ ਜਗਿਆਸੂ ਨੂੰ ਕੋਸਦੇ ਤੇ ਜਲੀਲ ਕਰਦੇ ਹਨ ਕਿ ਤੁਹਾਨੂੰ ਮਹਾਂਪੁਰਖਾਂ ਦਾ ਸਤਿਕਾਰ ਨਹੀਂ ਕਰਨਾ ਆਉਂਦਾ। ਜੇ ਤੁਹਾਡੇ ਮਨ ਵਿੱਚ ਮਹਾਂਪੁਰਖਾਂ ਪ੍ਰਤੀ ਸ਼ਰਧਾ ਹੀ ਨਹੀਂ ਤਾਂ ਤੁਹਾਨੂੰ ਇੱਥੋਂ ਮਿਲੇਗਾ ਕੀ? ਸੰਤਾਂ ਦੇ ਦਰਸ਼ਨ ਕਰਨ ਆਉਣ ਤੋਂ ਪਹਿਲਾਂ ਕਿਸੇ ਸੰਤ ਸੇਵੀ ਪਾਸੋਂ ਤੁਸੀਂ ਸੰਤਾਂ ਦਾ ਸਤਿਕਾਰ ਕਰਨਾ ਸਿੱਖੋ। ਮੈਨੂੰ ਅਜਿਹੇ ਮੱਥਾ ਟਿਕਾਉਣ ਵਾਲੇ ਸੰਤਾਂ ਨਾਲ ਬਹੁਤ ਵਾਰੀ ਵਾਹ ਪਿਆ ਹੈ। ਉਹਨਾਂ ਦੇ ਛਕਣ ਵਾਸਤੇ ਸੰਗਤਾਂ ਨਾਲੋਂ ਵੱਖਰਾ ਥਾਂ ਤਿਆਰ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਸੀਤ ਪ੍ਰਸ਼ਾਦ ਪ੍ਰਾਪਤ ਕਰਨ ਲਈ ਕਈ ਵਾਰੀ ਸੇਵਕਾਂ ਵਿੱਚ ਝਗੜਾ ਵੀ ਹੋ ਜਾਂਦਾ ਹੈ। ਤਾਰਾ ਸਿੰਘ ਨੇ ਮੇਜਰ ਸਾਹਿਬ ਦੀ ਗੱਲ ਸੁਣ ਕੇ ਉੱਤਰ ਦਿੱਤਾ ਕਿ ਮੇਜਰ ਸਾਹਿਬ ਤੁਸੀਂ ਸੱਚੇ ਹੋ, ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ ਵਾਲੀ ਦਸ਼ਾ ਵਰਤ ਰਹੀ ਹੈ। ਪਰ ਜੇ ਤੁਸੀਂ ਔਖੇ ਸੌਖੇ ਉਹਨਾਂ ਨੂੰ ਸਮਾਂ ਮਿਲਣ ਦਾ ਸਮਾਂ ਕੱਢ ਲਵੋ ਤਦ ਉਹਨਾਂ ਦੇ ਮਿਲਾਪ ਨਾਲ ਜੋ ਤੁਹਾਡੇ ਮਨ ਵਿੱਚ ਸੰਤਾਂ ਪ੍ਰਤੀ ਨਫ਼ਰਤ ਬਣੀ ਹੋਈ ਹੈ ਉਹ ਅਵਸ਼ ਦੂਰ ਹੋ ਜਾਵੇਗੀ ਤੇ ਤੁਸੀਂ ਆਪ ਮਹਿਸੂਸ ਕਰੋਗੇ ਕਿ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੈ। ਜਿੱਥੇ ਸੰਤ ਭੇਖ ਵਿੱਚ ਬਹੁਤਾਤ ਆਪਣੀ ਪੂਜਾ ਕਰਵਾਉਣ ਤੇ ਮਾਇਆ ਇਕੱਠੀ ਕਰਨ ਵਾਲਿਆਂ ਦੀ ਹੈ, ਉੱਥੇ ਸੱਚ ਦੇ ਪੁਜਾਰੀ, ਸੱਚ ਦੇ ਧਾਰਨੀ ਤੇ ਸੱਚ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲਿਆਂ ਦਾ ਵੀ ਬੀਜ ਨਾਸ਼ ਨਹੀਂ ਹੋਇਆ। ਸੋ ਮੇਜਰ ਸਾਹਿਬ, ਤੁਸੀਂ ਮੇਰੇ ਨਾਲ ਇੱਕ ਦਿਨ ਜ਼ਰੂਰ ਚੱਲੋ। ਜੇ ਤੁਹਾਡਾ ਮਨ ਭਤੀਜ ਗਿਆ ਤਾਂ ਭਲੀ ਬਾਵਾ, ਨਹੀਂ ਤਾਂ ਅਸੀਂ ਖੋਟੇ ਪੈਸੇ ਵਾਂਗ ਵਾਪਸ ਪਰਤ ਆਵਾਂਗੇ। ਸੰਤਾਂ ਨੇ ਕਿਹੜਾ ਸਾਡੇ ਲੱਤੀ ਰੱਸੀ ਪਾ ਕੇ ਸਾਨੂੰ ਉੱਥੇ ਬੰਨ ਲੈਣਾ? ਤਾਰਾ ਸਿੰਘ ਦੇ ਵਾਰ ਵਾਰ ਕਹਿਣ ਤੇ ਪਿਆਰਾ ਸਿੰਘ ਜੀ ਕਹਿਣ ਲੱਗੇ, ਜੇ ਭਲੇ ਕੰਮ ਨੂੰ ਜਾਣਾ ਹੀ ਹੈ ਤਾਂ ਕੱਲ੍ਹ ਨੂੰ ਹੀ ਆਪਾਂ ਦੁਪਹਿਰ ਦਾ ਪ੍ਰਸ਼ਾਦਾ ਛੱਕ ਕੇ ਚੱਲ ਪਵਾਂਗੇ, ਨਾਲੇ ਅਰਗੋਵਾਲ ਰਿਸ਼ਤੇਦਾਰਾਂ ਨੂੰ ਮਿਲ ਆਵਾਂਗੇ, ਨਾਲ ਹੀ ਸੰਤਾਂ ਵਾਲਾ ਗਲਾ ਵੀ ਕੱਢ ਲਵਾਂਗੇ। ਜੇ ਗੁਰਮਤ ਅਨੁਸਾਰ ਮੇਰੇ ਮਨ ਦੀ ਤਸੱਲੀ ਹੋ ਗਈ ਤਾਂ ਇਹ ਦਿਨ ਮੇਰੀ ਜ਼ਿੰਦਗੀ ਦਾ ਸੁਨਹਿਰੀ ਦਿਨ ਹੋਵੇਗਾ। ਜੇ ਨਿਸ਼ਾ ਨਾ ਹੋਈ ਤਾਂ ਆਉਣ ਜਾਣ ਦੀ 8 ਮੀਲ ਦੀ ਸੈਰ ਸਮਝ ਕੇ ਵਾਪਸ ਆ ਜਾਵਾਂਗੇ। ਅਗਲੇ ਦਿਨ ਤਾਰਾ ਸਿੰਘ ਤੇ ਪਿਆਰਾ ਸਿੰਘ ਨੇ ਦੁਪਹਿਰ ਦਾ ਪ੍ਰਸ਼ਾਦਾ ਛਕਿਆ ਤੇ ਦੋਵੇਂ ਜਣੇ ਇੱਕ ਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲ ਨੂੰ ਰਵਾਨਾ ਹੋ ਗਏ। ਉਸ ਸਮੇਂ ਸੜਕਾਂ ਪੱਕੀਆਂ ਹੋਂਦ ਵਿੱਚ ਨਹੀਂ ਆਈਆਂ ਸਨ, ਕੱਚੇ ਰਸਤੇ ਕਿਤੇ ਗਾਰਾ ਤੇ ਕਿਤੇ ਰੇਤਾ, ਥਾਂ ਥਾਂ ਸਾਈਕਲ ਤੋਂ ਉਤਰਨਾ ਪੈਂਦਾ ਸੀ, ਕਦੇ ਦੋਵੇਂ ਸਾਈਕਲ ਉੱਪਰ ਚੜ ਜਾਣ ਤੇ ਕਿਤੇ ਸਾਈਕਲ ਸਲਿੱਪ ਹੋ ਕੇ ਇਹਨਾਂ ਉੱਪਰ ਚੜ ਜਾਵੇ, ਕਿਤੇ ਤੁਰ ਕੇ ਪੰਧ ਨਿਬੇੜਨ, ਅੱਧਾ ਪੈਂਡਾ ਸਾਈਕਲ ਤੇ ਅੱਧਾ ਪੈਂਡਾ ਤੁਰ ਕੇ ਤੈਅ ਕਰਦੇ ਦੋਵੇਂ ਗੁਰਦੁਆਰਾ ਸਾਹਿਬ, ਜੋ ਅਜੇ ਲੋਹੇ ਦੀਆਂ ਟੀਨਾਂ ਦਾ ਹੀ ਬਣਿਆ ਹੋਇਆ ਸੀ, ਉੱਥੇ ਪੁੱਜ ਗਏ। ਬਾਹਰ ਨਲਕੇ ਤੇ ਮੂੰਹ ਹੱਥ ਧੋਤਾ,
ਤੇ ਗੁਰਦੁਆਰਾ ਸਾਹਿਬ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਗੁਰਦੁਆਰੇ ਦੇ ਬਰਾਂਡੇ ਵਿੱਚ ਇੱਕ ਦਰੀ ਵਿਛੀ ਹੋਈ ਸੀ, ਜਿਸ ਦਰੀ ਦੇ ਉੱਪਰ ਬਾਬਾ ਜੀ ਤੇ 5-7 ਹੋਰ ਸੰਗਤੀ ਬੈਠੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬਾਰੀ ਬਾਰੀ ਇੱਕ ਇੱਕ ਅਸ਼ਟਪਦੀ ਪੜ੍ਹ ਕੇ ਕਰ ਰਹੇ ਸਨ। ਦੋਵੇਂ ਜਣੇ ਸੰਗਤੀ ਰੂਪ ਵਿੱਚ ਬੈਠ ਗਏ ਤੇ ਪ੍ਰੇਮ ਨਾਲ ਰਹਿੰਦਾ ਪਾਠ ਸਰਵਣ ਕੀਤਾ। ਪਾਠ ਦੀ ਅਰਦਾਸ ਕਰਨ ਉਪਰੰਤ ਬਾਬਾ ਜੀ ਨੇ ਸੁਭਾਵਕ ਤਾਰਾ ਸਿੰਘ ਨੂੰ ਸੋਧਨ ਕਰਕੇ ਕਿਹਾ ਕਿ ਤਾਰਾ ਸਿੰਘ, ਤੁਸੀਂ ਪਿਆਰਾ ਸਿੰਘ ਜੀ ਨੂੰ ਅੱਗੇ ਲੈ ਆਵੋ, ਇਹ ਵੀ ਆਪਣਾ ਗਲਾ ਕੱਢ ਲੈਣ। ਬਾਬਾ ਜੀ ਦੇ ਮੁਖਾਰਵੰਦ ਤੋਂ ਆਪਣਾ ਨਾਂ ਤੇ ਇਹ ਵੀ ਆਪਣਾ ਗਲਾ ਕੱਢ ਲੈਣ ਸ਼ਬਦ ਸੁਣ ਕੇ ਪਿਆਰਾ ਸਿੰਘ ਹੱਕੇ ਬੱਕੇ ਰਹਿ ਗਏ ਤੇ ਉੱਠ ਕੇ ਬਾਬਾ ਜੀ ਦੇ ਨੇੜੇ ਬੈਠ ਗਏ। ਮੇਜਰ ਸਿੰਘ ਨੇ ਬਾਬਾ ਜੀ ਦੇ ਪੈਰਾਂ ਨੂੰ ਹੱਥ ਲਾਉਣ ਦਾ ਯਤਨ ਕੀਤਾ, ਪਰ ਆਪ ਨੇ ਬੜੇ ਜ਼ੋਰ ਨਾਲ ਮੇਜਰ ਸਿੰਘ ਨੂੰ ਬੱਝ ਦਿੱਤਾ ਤੇ ਕਿਹਾ ਕਿ ਮੇਜਰ ਸਾਹਿਬ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਆਏ ਹੋ, ਹੁਣ ਹੋਰ ਕਿਸੇ ਦੇ ਚਰਨ ਪਰਸਣ ਦੀ ਲੋੜ ਨਹੀਂ। ਅਸੀਂ ਸਾਰੇ ਇੱਕ ਗੁਰੂ ਦੇ ਸਿੱਖ ਹੋਣ ਕਰਕੇ ਸਾਰੇ ਬਰਾਬਰ ਦੇ ਗੁਰ ਭਾਈ ਹਾਂ। ਤੇ ਨਾਲ ਹੀ ਲਾਂਗਰੀ ਅਮਰ ਸਿੰਘ ਨੂੰ ਕਿਹਾ ਕਿ ਸੰਗਤ ਨੂੰ ਜਲ ਪਾਣੀ ਤਿਆਰ ਕਰਕੇ ਛਕਾਓ। ਅਮਰ ਸਿੰਘ ਗਰਮ ਜਲ ਤਿਆਰ ਕਰਨ ਵਾਸਤੇ ਚਲਾ ਗਿਆ। ਬਾਬਾ ਜੀ ਨੇ ਮੇਜਰ ਸਾਹਿਬ ਨੂੰ ਸੋਧਨ ਕਰਕੇ ਵਿਚਾਰ ਆਰੰਭ ਕੀਤੀ। ਮੇਜਰ ਸਾਹਿਬ, ਸਤਿਗੁਰੂ ਜੀ ਨੇ ਸਾਡੇ ਕਲਯੁਗੀ ਜੀਵਾਂ ਉੱਪਰ ਸਾਡਾ ਲੋਕ ਪਰਲੋਕ ਸਵਾਰਨ ਲਈ ਜੋ ਜੋ ਪਰ ਉਪਕਾਰ ਕੀਤੇ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੇਵਲ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨੀ ਦੁਹਰਾਏ ਜਾ ਸਕਦੇ ਹਨ। ਦਾਤਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕਰ ਊਚ ਭਗਵਾਨਾ। ਜੇ ਕਿਤੇ ਜਗਿਆਸੂ ਸਤਿਗੁਰਾਂ ਦੀ ਪ੍ਰਦਾਨ ਕੀਤੀ ਇੱਕ ਵੀ ਸਿੱਖਿਆ ਨੂੰ ਮੁੱਖ ਰੱਖ ਕੇ ਆਪਣਾ ਜੀਵਨ ਜਿਉਣਾ ਆਰੰਭ ਕਰ ਦੇਵੇ, ਤਦ ਮਨੁੱਖ ਦਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕਦਾ ਹੈ। ਅਸੀਂ ਸਤਿਗੁਰਾਂ ਦੀਆਂ ਪ੍ਰਦਾਨ ਕੀਤੀਆਂ ਸਿੱਖਿਆਵਾਂ ਨੂੰ ਵਾਰ ਵਾਰ ਪੜ੍ਹੀ ਜ਼ਰੂਰ ਜਾਂਦੇ ਹਾਂ, ਪਰ ਉਸ ਉੱਪਰ ਅਮਲ ਕਰਨ ਵੇਲੇ ਅਸੀਂ ਆਸ ਇਹ ਰੱਖਦੇ ਹਾਂ ਕਿ ਇਹਨਾਂ ਸਿੱਖਿਆਵਾਂ ਉੱਪਰ ਅਮਲ ਦੂਸਰਾ ਕਰੇ। ਇਸੇ ਕਰਕੇ ਸਾਲਾਂ ਬੱਧੀ ਗੁਰਬਾਣੀ ਪੜ੍ਹਨ ਨਾਲ ਵੀ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਜਪਜੀ ਸਾਹਿਬ ਦੀ ਬਾਣੀ ਅੰਦਰ ਫਰਮਾਨ ਹੈ ਕਿ ਜੇ ਮਨੁੱਖ ਗੁਰੂ ਦੀ ਇੱਕ ਵੀ ਸਿੱਖਿਆ ਨੂੰ ਸੁਣ ਕੇ ਉਸ ਉੱਪਰ ਅਮਲ ਕਰ ਲਵੇ, ਤਦ ਉਸ ਦੇ ਅੰਦਰ ਸੰਸਾਰਿਕ ਰਤਨਾਂ ਜਵਾਹਰਾਤਾਂ ਨਾਲੋਂ ਵੀ ਕੀਮਤੀ ਦੈਵੀ ਗੁਣ, ਸਤ ਸੰਤੋਖ, ਦਇਆ ਧਰਮ, ਧੀਰਜ ਪੈਦਾ ਹੋ ਸਕਦੇ ਹਨ। ਜਿਸ ਦੇ ਅੰਦਰ ਇਹ ਦੈਵੀ ਗੁਣ ਪ੍ਰਗਟ ਹੋ ਗਏ, ਉਹ ਦੇਵਤਾ ਬਣ ਗਿਆ। ਸਤਿਗੁਰਾਂ ਦਾ ਫਰਮਾਨ ਹੈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਪਹਿਲੀ ਗੱਲ ਤਾਂ ਆਪਾਂ ਸਤਿਗੁਰੂ ਜੀ ਦੀ ਸਿੱਖਿਆ ਜੋ ਗੁਰਬਾਣੀ ਅੰਦਰ ਸਾਹਿਬਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਨੂੰ ਸੁਣਦੇ ਹੀ ਨਹੀਂ। ਜਿਸ ਮਨ ਨੇ ਗੁਰੂ ਸਿੱਖਿਆ ਸੁਣਨੀ ਹੁੰਦੀ ਹੈ, ਉਹ ਤਾਂ ਖਿੰਨ ਪੂਰਬ ਖਿੰਨ ਪੱਛਮ ਛਾਏ, ਜਿਉਂ ਚੱਕ ਘੁਮਿਆਰ ਭਵਾਇਆ। ਅਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਮਾਨ ਅਨੁਸਾਰ ਸਾਡਾ ਮਨ ਤਾਂ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾ ਭਾਲੇ ਦੀ ਕਾਰ ਕਰ ਰਿਹਾ ਹੁੰਦਾ। ਜਦ ਗੁਰਬਾਣੀ ਉਪਦੇਸ਼ ਸਰਵਣ ਹੀ ਨਾ ਕੀਤਾ, ਫਿਰ ਮੰਨਣ ਦੀ ਜੀਵਨ ਵਿੱਚ ਧਾਰਨ ਕਰਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਹੁਣ ਤੁਸੀਂ ਆਪਣੀ ਵੱਲ ਹੀ ਵੇਖ ਲਵੋ। ਗੁਰੂ ਮਹਾਰਾਜ ਜੀ ਨੇ ਤੁਹਾਨੂੰ ਆਫਿਸਰ ਦਾ ਰੈਂਕ ਦਿੱਤਾ ਹੈ। ਇਹ ਆਫਿਸਰ ਰੈਂਕ ਤੁਹਾਡੇ ਕਿਸੇ ਚੰਗੇ ਕਰਮ ਦੀ ਬਦੌਲਤ ਤੁਹਾਨੂੰ ਪ੍ਰਾਪਤ ਹੋਇਆ। ਤੁਸੀਂ ਪਿਛਲੇ ਜਨਮ ਵਿੱਚ ਕੋਈ ਚੰਗੇ ਕਰਮਾਂ ਦਾ ਬੀਜ ਬੀਜਿਆ, ਉਸ ਬੀਜ ਨੂੰ ਸਰਦਾਰੀ ਤੇ ਮਾਇਆ ਦਾ ਫਲ ਲੱਗਾ ਹੈ।
ਤਾਰਾ ਸਿੰਘ ਤੁਹਾਡਾ ਹੀ ਸਾਂਢੂ ਖੇਤਾਂ ਵਿੱਚ ਸਾਰਾ ਦਿਨ ਮਿੱਟੀ ਫਰੋਲੀ ਜਾਂਦਾ, ਮਿਹਨਤ ਤੁਹਾਡੇ ਨਾਲੋਂ ਜ਼ਿਆਦਾ ਕਰਦਾ, ਪਰ ਗੁਜ਼ਾਰਾ ਮਸਾਂ ਚੱਲਦਾ। ਸਤਿਗੁਰੂ ਸਾਰੀ ਗੁਰਬਾਣੀ ਅੰਦਰ ਚੰਗੇ ਕਰਮਾਂ ਦੇ ਬੀਜ ਬੀਜਣ ਵਾਸਤੇ ਪ੍ਰੇਰਨਾ ਦਿੰਦੇ ਹਨ, ਪਰ ਅਸੀਂ ਜਿਸ ਵੇਲੇ ਸੰਸਾਰ ਵਿੱਚ ਵਿਚਰਦੇ ਹਾਂ ਕਰਮ ਕਰਨੇ ਹੁੰਦੇ ਹਨ, ਉਸ ਵੇਲੇ ਅਸੀਂ ਸਤਿਗੁਰਾਂ ਤੋਂ ਸੁਚੇਤ ਕਰਨ ਵਾਲਾ ਫਰਮਾਨ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਪ ਹੋ ਜਾਹੋ, ਅਤੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਅਤੇ ਜੈਸਾ ਬੀਜੈ ਸੋ ਲੁਣੈ ਜਿਹਾ ਪੁਰਬ ਕਿਨੇ ਬੋਇਆ, ਦੀ ਅਸਲੀਅਤ ਨੂੰ ਭੁੱਲ ਜਾਂਦੇ ਹਨ। ਜਿਹੋ ਜਿਹੇ ਚੰਗੇ ਜਾਂ ਮਾੜੇ ਕਰਮਾਂ ਦੇ ਬੀਜ ਮਨੁੱਖ ਨੇ ਪਿਛਲੇ ਜਨਮ ਵਿੱਚ ਬੀਜੇ ਹਨ, ਉਹਨਾਂ ਚੰਗੇ ਕਰਮਾਂ ਦਾ ਫਲ ਸੁੱਖ ਦੇ ਰੂਪ ਵਿੱਚ ਤੇ ਮਾੜੇ ਕਰਮਾਂ ਦਾ ਫਲ ਦੁੱਖ ਦੇ ਰੂਪ ਵਿੱਚ ਮਨੁੱਖ ਭੁਗਤ ਰਿਹਾ ਹੈ। ਹੁਣ ਜਿਹੋ ਜਿਹੇ ਚੰਗੇ ਜਾਂ ਮਾੜੇ ਕਰਮ ਆਪਾਂ ਸਰੀਰ ਨਾਲ ਕਰਾਂਗੇ, ਇਹਨਾਂ ਦਾ ਫਲ ਅਗਲੇਰੇ ਜਨਮ ਵਿੱਚ ਅਵਸ਼ ਭੁਗਤਣਾ ਪਵੇਗਾ। ਦੂਸਰੇ, ਜੋ ਪਰਮਾਤਮਾ ਨੇ ਚੰਗੇ ਕਰਮਾਂ ਦੀ ਬਦੌਲਤ ਉੱਚ ਪਦਵੀ ਜਾਂ ਮਾਇਆ ਪ੍ਰਦਾਨ ਕੀਤੀ ਹੈ, ਉਸ ਦਾ ਮਾਣ ਹੰਕਾਰ ਵੀ ਨਹੀਂ ਕਰਨਾ ਚਾਹੀਦਾ। ਮਾਣ ਸਤਿਕਾਰ ਮਾਇਆ ਇਹ ਸਭ ਪਰਮਾਤਮਾ ਦੀਆਂ ਦਾਤਾਂ ਹਨ, ਇਹਨਾਂ ਦੇ ਜਾਣ ਲੱਗਿਆਂ ਵੀ ਦੇਰ ਨਹੀਂ ਲੱਗਦੀ। ਹਮੇਸ਼ਾ ਨਿਮਰਤਾ ਵਿੱਚ ਰਹਿ ਕੇ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਤੇ ਬਾਬਾ ਕਬੀਰ ਜੀ ਦੇ ਫਰਮਾਨ ਨੂੰ ਮੁੱਖ ਰੱਖ ਕੇ ਆਪਣਾ ਪ੍ਰਲੋਕ ਸਵਾਰ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਕਿਉਂਕਿ ਸਰੀਰ ਦਾ ਕੋਈ ਭਰੋਸਾ ਨਹੀਂ। ਇਸ ਲਈ ਆਗੇ ਕਉ ਕਿਛੁ ਤੁਲਹਾ ਬੰਧੁ, ਕਿਆ ਪਰਭਾਸਾ ਧਨ ਕਾ, ਕਹਾ ਬਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨ ਕਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਮਾਨ ਅਨੁਸਾਰ ਸਾਡੇ ਇਸ ਸਰੀਰ ਦੀ ਕੋਈ ਮੁੱਲਤ ਨਹੀਂ, ਸਰੀਰ ਦੀ ਮੁੱਲਤ ਕੇਵਲ ਇੱਕ ਸਵਾਸ ਦੀ ਹੈ। ਜੇ ਸਵਾਸ ਆ ਗਿਆ ਤਾਂ ਆਦਮੀ, ਜੇ ਸਵਾਸ ਨਾ ਆਇਆ ਤਾਂ ਇਹ ਕਾਇਆ ਮਿੱਟੀ ਦੀ ਢੇਰੀ। ਸਤਿਗੁਰੂ ਦਾ ਫਰਮਾਨ ਹੈ, ਹਮ ਆਦਮੀ ਹਾਂ ਇਕਦਮੀ, ਮੁਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੇ ਸਰੇਵ ਹੋ, ਜਾ ਕੇ ਜੀ ਪ੍ਰਾਣਾ। ਸੰਸਾਰ ਤਾਂ ਆਈ ਚਲਾਈ ਵਾਲੀ ਸਰਾਂ ਹੈ, ਕੋਈ ਇੱਥੇ ਆ ਰਿਹਾ ਹੈ ਤੇ ਕੋਈ ਆਪਣਾ ਸਮਾਂ ਪੂਰਾ ਕਰਕੇ ਤੁਰੀ ਜਾ ਰਿਹਾ ਹੈ। ਸੰਸਾਰ ਅੰਦਰ ਤਾਂ ਭਗਤ ਫਰੀਦ ਜੀ ਦਾ ਫਰਮਾਨ ਵਰਤ ਰਿਹਾ ਹੈ, ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਸਤਿਗੁਰੂ ਨਾਨਕ ਦੇਵ ਜੀ ਮਨ ਨੂੰ ਸੋਧਨ ਕਰਕੇ ਫਰਮਾਨ ਕਰਦੇ ਹਨ ਕਿ ਹੇ ਮਨ ਮੂਰਖ, ਹੇ ਮੂਰਖ ਮਨ, ਕਿਸ ਵਾਸਤੇ ਤੂੰ ਹੰਕਾਰ ਕਰਦਾ ਹੈ? ਜਦੋਂ ਮਾਲਕ ਦਾ ਸੱਦਾ ਆ ਗਿਆ, ਸਭ ਕੁਝ ਛੱਡ ਕੇ ਇੱਥੋਂ ਤੁਰਨਾ ਹੀ ਪੈਣਾ, ਹੁਕਮ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਣਾ। ਜਿਸ ਘਰ ਦਾ ਤੇ ਮਾਇਆ ਦਾ ਤੂੰ ਜ਼ਰਾ ਭਰ ਵੀ ਵਿਸਾਹ ਨਹੀਂ ਕਰਦਾ, ਇਸ ਨੂੰ ਸਦਾ ਲਈ ਛੱਡਣ ਲੱਗਿਆ ਦੇਰ ਨਹੀਂ ਲੱਗਣੀ। ਜੇ ਪਤਾ ਹੋਵੇ ਕਿ ਮੈਂ ਮੁੜ ਕੇ ਸੰਸਾਰ ਵਿੱਚ ਆਉਣਾ ਹੈ, ਤਾਂ ਫਿਰ ਥੋੜੀ ਮਾਇਆ ਨਾਲ ਕੁਝ ਖਾ ਪੀ ਲਈਏ, ਬਾਕੀ ਬਚਾ ਕੇ ਇੱਥੇ ਰੱਖ ਜਾਈਏ, ਪਰ ਐਸਾ ਹੋ ਨਹੀਂ ਸਕਦਾ। ਇਹ ਮਾਲਕ ਜਾਣਦਾ ਹੈ ਕਿ ਕਿਸ ਥਾਂ ਕਿਸ ਘਰ ਕਿਸ ਜੂਨ ਵਿੱਚ ਮਨੁੱਖ ਨੇ ਜਨਮ ਲੈਣਾ। ਸਤਿਗੁਰਾਂ ਦਾ ਫਰਮਾਨ ਹੈ, ਮੂਰਖ ਮਨ ਕਾਹੇ ਕਰਸ ਹੈ ਮਾਣਾ, ਉੱਠ ਚੱਲਣਾ ਖਸਮੈ ਭਾਣਾ, ਰਹਾਓ ਤਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਰਹੇ ਨਾ ਕੋਈ। ਕਿਛ ਖਾਜੈ ਕਿਛ ਧਰ ਜਾਈਐ, ਜੇ ਬਹੁੜ ਦੁਨੀਆ ਆਈ ਹੈ। ਮੇਜਰ ਸਾਹਿਬ, ਸੰਸਾਰ ਦੀਆਂ ਉੱਚੀਆਂ ਪਦਵੀਆਂ ਤੇ ਸੰਸਾਰ ਦਾ ਧਨ ਪਦਾਰਥ ਸਭ ਇੱਥੇ ਹੀ ਰਹਿ ਜਾਣਾ, ਕਿਸੇ ਵੀ ਵਸਤੂ ਨੇ ਜੀਵ ਆਤਮਾ ਦੇ ਨਾਲ ਨਹੀਂ ਜਾਣਾ। ਜੇ ਕਿਸੇ ਵਸਤੂ ਨੇ ਜੀਵ ਆਤਮਾ ਦਾ ਸਾਥ ਨਹੀਂ ਦੇਣਾ, ਫਿਰ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਮਾਨ ਅਨੁਸਾਰ
ਤੈਸੀ ਬਸਤ ਬਿਸਾਹੀ ਹੈ, ਜੈਸੀ ਨਿਭ ਹੈ ਨਾਲ, ਉਹ ਵਸਤੂ ਹੈ ਪਰਮਾਤਮਾ ਦਾ ਨਾਮ। ਪਰਮਾਤਮਾ ਦਾ ਨਾਮ ਹਰ ਥਾਂ ਹਰ ਜਗ੍ਹਾ, ਇਸ ਸੰਸਾਰ ਅੰਦਰ ਵੀ ਤੇ ਪ੍ਰਲੋਕ ਵਿੱਚ ਵੀ। ਜਿੱਥੇ ਹਰ ਅਰਾਧੀ ਹੈ, ਤਿੱਥੇ ਹਰ ਮਿੱਤ ਸਹਾਈ ਹੁੰਦਾ ਹੈ। ਪਰਮਾਤਮਾ ਦਾ ਨਾਮ ਤਾਂ ਉੱਥੇ ਵੀ ਸਹਾਇਕ ਹੁੰਦਾ ਹੈ ਜਿੱਥੇ ਨਾ ਮਾਤਾ ਤੇ ਨਾ ਪਿਤਾ, ਨਾ ਪੁੱਤਰ ਨਾ ਭਰਾ ਤੇ ਨਾ ਹੀ ਮਿੱਤਰ ਸਹਾਇਕ ਹੁੰਦਾ ਹੈ। ਜਿੱਥੇ ਭਿਆਨਕ ਜਮਦੂਤਾਂ ਦੇ ਦਲ ਹੁੰਦੇ ਹਨ, ਜਿਨ੍ਹਾਂ ਵੱਲ ਵੇਖ ਕੇ ਮਨੁੱਖ ਅੱਤ ਪੈ ਪੀਤ ਹੁੰਦਾ ਹੈ, ਪਰਮਾਤਮਾ ਦਾ ਨਾਮ ਉੱਥੇ ਆਤਮਾ ਦੇ ਅੰਗ ਸੰਗ ਹੋ ਕੇ ਸਾਥ ਨਿਭਾਉਂਦਾ ਹੈ ਤੇ ਮਨੁੱਖ ਨੂੰ ਪੈ ਪੀਤ ਹੋਣ ਤੋਂ ਬਚਾਉਂਦਾ ਹੈ। ਜਿੱਥੇ ਅੱਤ ਦੀਆਂ ਮੁਸੀਬਤਾਂ ਮਨੁੱਖ ਨੂੰ ਆ ਘੇਰਦੀਆਂ ਹਨ, ਪ੍ਰਭੂ ਨਾਮ ਇੱਕ ਖਿੰਨ ਵਿੱਚ ਅਜਿਹੀਆਂ ਮੁਸੀਬਤਾਂ ਤੋਂ ਛੁਟਕਾਰਾ ਪ੍ਰਦਾਨ ਕਰਵਾ ਦਿੰਦਾ ਹੈ। ਜਿੱਥੇ ਸੰਸਾਰ ਦਾ ਕੋਈ ਪ੍ਰਾਇਸ਼ਚਿਤ ਕਰਮ ਪਾਪ ਕਰਮਾਂ ਤੋਂ ਨਿਆਤ ਨਹੀਂ ਦਵਾ ਸਕਦਾ, ਉੱਥੇ ਪਰਮਾਤਮਾ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਇਸ ਲਈ ਹੇ ਮੇਰੇ ਮਨ, ਗੁਰਮੁਖ ਬਣ ਕੇ ਪਰਮਾਤਮਾ ਦਾ ਨਾਮ ਜਪ। ਨਾਮ ਜਪ ਦੇ ਫਲ ਸਰੂਪ ਤੈਨੂੰ ਇਸ ਸੰਸਾਰ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਬੇਅੰਤ ਸੁੱਖ ਪ੍ਰਾਪਤ ਹੋਣਗੇ। ਸਤਿਗੁਰੂ ਅਰਜਨ ਦੇਵ ਜੀ ਦਾ ਸੁਖਮਨੀ ਸਾਹਿਬ ਅੰਦਰ ਫਰਮਾਨ ਹੈ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸਕਲ ਹੋਵੈ ਅਤਿ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨੇਕ ਪੁਨ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਕਨੇਰੇ। ਅਜਿਹੇ ਲੋਕ ਪ੍ਰਲੋਕ ਵਿੱਚ ਸਹਾਇਕ ਹੋਣ ਵਾਲੇ ਤੇ ਮੁੱਖ ਉਜਲਾ ਕਰਨ ਵਾਲੇ ਪ੍ਰਭੂ ਨਾਮ ਨੂੰ ਤੁਰਦਿਆਂ ਫਿਰਦਿਆਂ, ਬੈਠਿਆਂ ਰਸਤੇ ਵਿੱਚ, ਤੁਰੇ ਜਾਂਦਿਆਂ, ਸੌਣ ਲੱਗਿਆਂ ਹਰ ਸਮੇਂ ਜਪਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਾਰੀ ਗੁਰਬਾਣੀ ਦਾ ਤੱਤ ਸਾਰ ਵੀ ਨਾਮ ਹੀ ਹੈ ਤੇ ਨਾਮ ਜਪਣ ਦੀ ਹੀ ਸਾਰੀ ਗੁਰਬਾਣੀ ਅੰਦਰ ਸਤਿਗੁਰਾਂ ਤੇ ਭਗਤਾਂ ਨੇ ਤਾਕੀਦ ਕਰਦਿਆਂ ਫੁਰਮਾਨ ਕੀਤਾ ਹੈ ਕਿ ਹੇ ਜੀਵ ਆਤਮਾ, ਆਪਣੇ ਭਲੇ ਲਈ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਦਾ ਧਾਰਨੀ ਬਣ ਅਤੇ ਉਠਤ ਬੈਠਤ ਸੋਵਤ ਨਾਮ। ਕਹੋ ਨਾਨਕ ਜਨ ਕੈ ਸਦ ਕਾਮ, ਨੂੰ ਆਪਣਾ ਜੀਵਨ ਆਧਾਰ ਤੇ ਜੀਵਨ ਨਿਸ਼ਾਨਾ ਬਣਾ ਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਸਕਾਰ ਥਾ ਕਰ ਲੈ। ਬਾਕੀ ਮੇਜਰ ਸਾਹਿਬ, ਜਿਸ ਸੰਗਤ ਵਿੱਚ ਗੁਰੂ ਦੀ, ਗੁਰਬਾਣੀ ਦੀ, ਪ੍ਰਭੂ ਨਾਮ ਦੀ ਗੱਲ ਨਹੀਂ ਹੁੰਦੀ, ਉਹ ਤਾਂ ਇੱਕ ਸਧਾਰਨ ਇਕੱਠ ਹੈ, ਉਸ ਨੂੰ ਆਪਾਂ ਸਤ ਸੰਗਤ ਨਹੀਂ ਕਹਿ ਸਕਦੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਸ੍ਰੀ ਰਾਗ ਅੰਦਰ ਫਰਮਾਨ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਸੰਗਤ ਵਿੱਚ ਆਉਣ ਲੱਗਿਆਂ ਸੰਸੇ ਬਿਰਤੀ ਦਾ ਤਿਆਗ ਕਰਨਾ ਚਾਹੀਦਾ ਹੈ। ਇਤਨੇ ਚਿਰ ਨੂੰ ਭਾਈ ਅਮਰ ਸਿੰਘ ਗਰਮ ਜਲ ਸੌਂਫਾ ਲੈ ਕੇ ਪੁੱਜ ਗਿਆ। ਗੁਰਮਤਿ ਵਿਚਾਰ ਵਿਚਾਲੇ ਛੱਡ ਕੇ ਸਾਰਿਆਂ ਨੇ ਜਲ ਪਾਣੀ ਛਕਿਆ। ਜਲ ਪਾਣੀ ਛਕਣ ਉਪਰੰਤ ਬਾਬਾ ਜੀ ਨੇ ਮੇਜਰ ਸਾਹਿਬ ਨੂੰ ਮੁਖਾਤਿਬ ਕਰਕੇ ਕਿਹਾ ਕਿ ਮੇਜਰ ਸਾਹਿਬ, ਜਦੋਂ ਵੀ ਸੰਗਤ ਵਿੱਚ ਆਉਣਾ ਹੋਵੇ, ਸੰਸੇ ਦਾ ਤਿਆਗ ਕਰਕੇ ਸੰਗਤ ਵਿੱਚ ਆਉਣਾ ਚਾਹੀਦਾ ਹੈ। ਸੰਸੇ ਵਾਲਾ ਮਨ ਪਵਿੱਤਰ ਨਹੀਂ ਹੋ ਸਕਦਾ, ਸਗੋਂ ਸੰਸਾ ਹੀ ਮਨ ਨੂੰ ਮੈਲਾ ਕਰਦਾ ਹੈ। ਸਤਿਗੁਰੂ ਅਮਰਦਾਸ ਜੀ ਦਾ ਆਨੰਦ ਸਾਹਿਬ ਦੀ ਬਾਣੀ ਅੰਦਰ ਫਰਮਾਨ ਹੈ, ਸਹਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹੋ ਸਹਸਾ ਇਵ ਜਾਏ। ਸੰਸੇ ਬਿਰਤੀ ਮਨ ਨੂੰ ਟਿਕਣ ਨਹੀਂ ਦਿੰਦੇ, ਸੰਗਤ ਵਿੱਚ ਹਮੇਸ਼ਾ
ਨਿਵਿਕਲਪ ਵਿਰਤੀ ਅਧੀਨ ਆਇਆਂ ਹੀ ਲਾਭ ਪ੍ਰਾਪਤ ਹੁੰਦਾ ਹੈ। ਕਿਸੇ ਦਾ ਪਰਤਾਵਾ ਲੈਣ ਵਾਲੀ ਵਿਰਤੀ ਬਣਾ ਕੇ ਸੰਗਤ ਵਿੱਚ ਆਉਣਾ ਆਪਣੇ ਲਈ ਤੇ ਜਿਸ ਦਾ ਤੁਸੀਂ ਪਰਤਾਵਾ ਲੈਣ ਦਾ ਮਨ ਬਣਾਇਆ ਹੋਵੇ, ਦੋਵਾਂ ਲਈ ਬਹੁਤ ਘਾਤਕ ਹੈ। ਜੇ ਤੁਹਾਡੇ ਮਨ ਵਿੱਚ ਧਾਰਨ ਕੀਤਾ ਪਰਤਾਵਾ ਪੂਰਾ ਨਾ ਹੋਇਆ ਤਾਂ ਤੁਹਾਡੀ ਸ਼ਰਧਾ ਨੂੰ ਠੇਸ ਲੱਗੇਗੀ ਤੇ ਉਸ ਧਾਰਮਿਕ ਵਿਅਕਤੀ ਪ੍ਰਤੀ ਤੁਹਾਡੇ ਮਨ ਵਿੱਚ ਨਫ਼ਰਤ ਪੈਦਾ ਹੋਵੇਗੀ। ਜਿੱਥੇ ਨਫ਼ਰਤ ਪੈਦਾ ਹੋ ਗਈ ਉੱਥੇ ਦੂਈ ਦਵੈਤ ਆ ਜਾਂਦੀ ਹੈ। ਦੂਈ ਦਵੈਤ ਹੀ ਤਾਂ ਹਿਰਦੇ ਵਿੱਚੋਂ ਕੱਢਣੀ ਹੈ। ਪਰਤਾਵਾ ਲੈਂਦਿਆਂ ਲੈਂਦਿਆਂ ਮਨੁੱਖ ਦਵੈਤ ਦਾ ਸ਼ਿਕਾਰ ਬਣ ਕੇ ਸਿਰ ਤੇ ਭਾਰ ਚੁੱਕ ਲੈਂਦਾ ਹੈ ਤੇ ਗੁਰੂ ਤੋਂ ਦੂਰੀ ਪਾ ਲੈਂਦਾ ਹੈ। ਮਨ ਵਿੱਚ ਧਾਰਨ ਕੀਤਾ ਪਰਤਾਵਾ ਪੂਰਾ ਹੋ ਗਿਆ, ਫਿਰ ਵੀ ਤੁਸੀਂ ਗੁਰੂ ਨਾਲ ਟੁੱਟ ਕੇ ਉਸ ਵਿਅਕਤੀ ਨਾਲ ਜੁੜੋਗੇ ਤੇ ਉਸਦੀ ਉਸਤਤ ਕਰਕੇ ਉਸਦੇ ਮਾਣ ਹੰਕਾਰ ਨੂੰ ਬੜਾਵਾ ਦੇਣ ਦਾ ਕਾਰਨ ਬਣੋਗੇ। ਇਸ ਤਰ੍ਹਾਂ ਪਰਤਾਵਾ ਲੈਣ ਵਾਲੀ ਬਿਰਤੀ ਦੋਵਾਂ ਲਈ ਨੁਕਸਾਨਦਾਇਕ ਹੈ। ਗੁਰਮਤ ਤੇ ਗੁਰੂ ਘਰ ਵਿੱਚ ਪਰਮਾਤਮਾ ਦਾ ਨਾਮ ਹੀ ਸਰਵ ਸ਼੍ਰੋਮਣੀ ਹੈ। ਅੰਤਰਜਾਮਤਾ ਨਿਆਰੀ ਦੀਆਂ ਸਿੱਧੀਆਂ ਪ੍ਰਤੀ ਸਤਿਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ ਕਿ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ, ਅਤੇ ਸਤਿਗੁਰਾਂ ਰਿੱਧ ਸਿੱਧ ਅਵਰਾ ਸਾਧ। ਇਹ ਦਰਸਾ ਕੇ ਇਹਨਾਂ ਤੋਂ ਬਚਣ ਲਈ ਪ੍ਰੇਰਨਾ ਦੇ ਕੇ ਨਾਨਕ ਕਹਿ ਕਰ ਕੇਵਲ ਨਾਮ ਦਾ ਉਪਦੇਸ਼ ਤੇ ਸੰਦੇਸ਼ ਦਿੱਤਾ ਹੈ ਤੇ ਫੁਰਮਾਨ ਕੀਤਾ ਹੈ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨਾ ਦੇ ਮਾਰਗ ਉੱਪਰ ਚੱਲਣ ਲਈ ਤਾਕੀਦ ਕੀਤੀ ਹੈ ਤੇ ਸਭ ਪੁੰਨ ਦਾਨ ਜਪਾਂ ਤਪਾਂ ਤੋਂ ਨਾਮ ਨੂੰ ਸਿਰਮੌਰ ਦਰਸਾਉਂਦਿਆਂ ਫੁਰਮਾਨ ਕੀਤਾ ਹੈ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਬਾਬਾ ਜੀ ਨੇ ਮੇਜਰ ਸਾਹਿਬ ਨੂੰ ਸੋਧਨ ਕਰਕੇ ਕਿਹਾ ਕਿ ਮੇਜਰ ਸਾਹਿਬ, ਬਾਬਾ ਫਰੀਦ ਜੀ ਅੰਤਰਜਾਮਤਾ ਦੀ ਪਰਖ ਕਰਨ ਪ੍ਰਤੀ ਸ਼ੇਖ ਸ਼ੈਯਦ ਉਲ ਦੀਨ ਦੀ ਵਾਰਤਾ ਸੁਣਾਉਂਦੇ ਹੁੰਦੇ ਸਨ ਜੋ ਮੈਂ ਆਪ ਜੀ ਨਾਲ ਸਾਂਝੀ ਕਰਨ ਲੱਗਾ ਹਾਂ। ਸ਼ਾਇਦ ਇਸ ਵਾਰਤਾ ਤੋਂ ਤੁਹਾਨੂੰ ਵੀ ਤੇ ਮੈਨੂੰ ਵੀ ਦੋਵਾਂ ਨੂੰ ਲਾਭ ਪ੍ਰਾਪਤ ਹੋਵੇ। ਆਪ ਕਿਹਾ ਕਰਦੇ ਸਨ ਕਿ ਇੱਕ ਅਮੀਰ ਨੇ ਸੈਯਦ ਹੋਰਾਂ ਦੀ ਪਰਖ ਕਰਨ ਵਾਸਤੇ ਮਨ ਵਿੱਚ ਸੰਕਲਪ ਧਾਰਨ ਕੀਤਾ ਕਿ ਜੇ ਸੈਯਦ ਜੀ ਮੈਨੂੰ ਆਪਣੇ ਹੱਥ ਵਿੱਚ ਫੜਿਆ ਸੇਵ ਦੇ ਦੇਣ ਤਦ ਮੈਂ ਉਹਨਾਂ ਨੂੰ ਪੂਰਨ ਸੈਯਦ ਜਾਣਾ। ਫਕੀਰ ਸੈਯਦ ਉਲ ਦੀਨ ਜੀ ਨੇ ਸੇਵ ਆਪਣੇ ਹੱਥ ਵਿੱਚ ਹੀ ਰੱਖਦਿਆਂ ਉਸ ਅਮੀਰ ਨੂੰ ਸੰਬੋਧਨ ਕਰਕੇ ਕਿਹਾ ਕਿ ਇੱਕ ਵਾਰੀ ਮੈਂ ਮਿਸਰ ਦੇਸ਼ ਗਿਆ, ਉੱਥੇ ਬਾਜ਼ਾਰ ਵਿੱਚ ਕੀ ਦੇਖਿਆ ਕਿ ਇੱਕ ਬਕਾਲ ਨੇ ਆਪਣੇ ਗਧੇ ਦੀਆਂ ਅੱਖਾਂ ਉੱਪਰ ਕਾਲੀ ਪੱਟੀ ਬੰਨੀ ਹੋਈ ਸੀ। ਬਕਾਲ ਤੇ ਗਧੇ ਦੁਆਲੇ ਸੈਂਕੜੇ ਲੋਕ ਗੋਲ ਧਾਰਾ ਬਣਾ ਕੇ ਬਕਾਲ ਤੇ ਗਧੇ ਦਾ ਤਮਾਸ਼ਾ ਵੇਖ ਰਹੇ ਸਨ। ਬਕਾਲ ਸਾਰਿਆਂ ਦੇ ਸਾਹਮਣੇ ਆਪਣੇ ਹੱਥ 'ਚ ਅੰਗੂਠੀ ਲਾ ਕੇ ਗੋਲ ਧਾਰੇ ਵਿੱਚ ਖੜੇ ਕਿਸੇ ਇੱਕ ਆਦਮੀ ਦੀ ਜੇਬ ਵਿੱਚ ਪਾ ਦਿੰਦਾ ਤੇ ਇਸੇ ਤਰ੍ਹਾਂ ਕਈਆਂ ਦੀ ਜੇਬ ਵਿੱਚ ਹੱਥ ਪਾਉਂਦਾ। ਆਖਰ ਆਪਣੇ ਗਧੇ ਨੂੰ ਕਹਿੰਦਾ ਕਿ ਐ ਜਗੂਰੇ ਮੇਰੀ ਅੰਗੂਠੀ ਢੂੰਡ ਲਿਆ। ਗਧਾ ਸਾਰਿਆਂ ਅੱਗੇ ਤੁਰਦਾ ਤੁਰਦਾ ਉਸ ਆਦਮੀ ਅੱਗੇ ਜਾ ਖਲੋਂਦਾ ਜਿਸ ਦੀ ਜੇਬ ਵਿੱਚ ਬਕਾਲ ਨੇ ਅੰਗੂਠੀ ਪਾਈ ਹੋਈ ਸੀ। ਆਪ ਉਸ ਅਮੀਰ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਹੁਣ ਤੂੰ ਹੀ ਦੱਸ, ਜੇ ਮੈਂ ਤੈਨੂੰ ਆਪਣੇ ਹੱਥ ਵਾਲਾ ਸੇਬ ਦੇ ਦਿਆਂ ਮੇਰੇ ਤੇ ਗਧੇ ਵਿੱਚ ਫਰਕ ਕੀ ਰਿਹਾ? ਜੇ ਮੈਂ ਸੇਬ ਤੈਨੂੰ ਨਾ ਦਿਆਂ ਤਾਂ ਤੇਰੇ ਮਨ ਵਿੱਚ ਫਕੀਰ ਪ੍ਰਤੀ ਬਦਗੁਮਾਨੀ ਰਹੇਗੀ। ਇੰਨੀ ਗੱਲ ਅਮੀਰ ਨੂੰ ਸੁਣਾ ਕੇ ਫਕੀਰ ਸੈਯਦ ਉਲ ਦੀਨ ਉੱਚੀ ਉੱਚੀ ਰੋਣ ਲੱਗ ਪਏ ਤੇ ਕਿਹਾ ਕਿ ਖੁਦਾ ਦੇ ਬੰਦਿਆਂ ਨੂੰ ਹਮੇਸ਼ਾ ਆਪਣੇ ਆਪ ਨੂੰ ਛੁਪਾ ਕੇ ਹੀ ਰੱਖਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 12ਵੀਂ ਵਾਰ ਦੀ ਤੀਸਰੀ ਪੌੜੀ ਅੰਦਰ ਦੀਨ ਦੁਨੀ ਦਰਗਹਿ ਪਰਵਾਣਾ ਦੀ ਪਦਵੀ ਪ੍ਰਾਪਤ ਵੇਲੇ
ਜਗਿਆਸੂ ਦੇ ਗੁਣ ਦੱਸ ਕੇ ਉਸ ਤੋਂ ਬਲਿਹਾਰ ਜਾਣਾ ਕੀਤਾ ਹੈ। ਆਪ ਫਰਮਾਨ ਕਰਦੇ ਹਨ, ਹਉ ਤਿਸ ਬਿਟ ਹੋ ਬਾਰਿਆ, ਹੋਦੇ ਤਾਣ ਜੋ ਹੋਏ ਨਿਤਾਣ। ਹਉ ਤਿਸ ਬਿਟ ਹੋ ਬਾਰਿਆ, ਹੋਦੇ ਮਾਣ ਜੋ ਰਹੇ ਨਿਮਾਣਾ। ਉਹ ਗੁਰੂ ਪਿਆਰਾ ਹੀ ਦੀਨ ਦੁਨੀ ਦਰਗਹਿ ਪਰਵਾਣਾ ਦੀ ਪਦਵੀ ਪ੍ਰਾਪਤ ਕਰਦਾ ਹੈ। ਮੇਜਰ ਸਾਹਿਬ ਦੀ ਬਾਬਾ ਜੀ ਦੇ ਬਚਨ ਸਰਵਣ ਕਰਕੇ ਤੇ ਅੰਤਰਯਾਮਤਾ ਵੇਖ ਕੇ ਨਿਸ਼ਾ ਹੋ ਗਈ ਤੇ ਆਪ ਜੀ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਉੱਪਰ ਵੀ ਕਿਰਪਾ ਕਰੋ, ਮੈਂ ਵੀ ਗੁਰੂ ਦਰ ਵਿੱਚੋਂ ਅਜਿਹੀ ਦਾਤ, ਮੈਨੂੰ ਵੀ ਗੁਰੂ ਦਰ ਵਿੱਚੋਂ ਅਜਿਹੀ ਦਾਤ ਪ੍ਰਾਪਤ ਹੋ ਗਈ। ਬਾਬਾ ਜੀ ਮੇਜਰ ਸਾਹਿਬ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਕਿ ਮੇਜਰ ਸਾਹਿਬ, ਇਹੋ ਤਾਂ ਸਾਨੂੰ ਭਰਮ ਭੁਲੇਖਾ ਬਣਿਆ ਹੋਇਆ। ਆਪਾਂ ਦਸਾਂ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜੋਤ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਸ ਪਰਥਾਏ ਸਤਿਗੁਰਾਂ ਨੇ ਫਰਮਾਨ ਕੀਤਾ ਸੀ, ਤੇ ਅਸੀਂ ਬੜੇ ਪਿਆਰ ਤੇ ਸ਼ਰਧਾ ਨਾਲ ਸੰਗਤੀ ਰੂਪ ਵਿੱਚ ਹਰ ਰੋਜ਼ ਪੜ੍ਹਦੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਪ੍ਰਗਟ ਗੁਰਾਂ ਕੀ ਦੇਹ ਨੂੰ ਛੱਡ ਕੇ ਕਿਰਪਾ ਕਿਸੇ ਹੋਰ ਪਾਸੋਂ ਭਾਲਦੇ ਹਾਂ। ਪ੍ਰਤੱਖ ਗੁਰੂ ਨੂੰ ਪ੍ਰਾਪਤ ਕਰਨ ਲਈ ਸਤਿਗੁਰੂ ਅਰਜਨ ਦੇਵ ਜੀ ਨੇ ਨਟ ਰਾਗ ਅੰਦਰ ਬਚਨ ਅੰਕਿਤ ਕੀਤਾ ਹੈ। ਕਹਿੰਦੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ ਦੇ ਮਾਰਗ ਨੂੰ ਅਪਣਾ ਲਈਏ, ਫਿਰ ਕਿਰਪਾ ਹੀ ਕਿਰਪਾ ਦੇ ਖੁੱਲੇ ਗੱਫੇ ਪ੍ਰਾਪਤ ਹੋ ਜਾਂਦੇ ਹਨ। ਗੁਰਬਾਣੀ ਦੀ ਵਿਚਾਰ ਕਰਕੇ ਜਿਹੜਾ ਪ੍ਰਾਣੀ ਗੁਰਬਾਣੀ ਦੇ ਦਰਸਾਏ ਮਾਰਗ ਉੱਪਰ ਚੱਲ ਪੈਂਦਾ ਹੈ, ਉਸ ਜੀਵ ਆਤਮਾ ਦਾ ਨਿੱਜ ਘਰ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਜੀ ਦਾ ਦੱਖਣੀ ਓਅੰਕਾਰ ਅੰਦਰ ਫੁਰਮਾਨ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ। ਜਿਸ ਜੀਵ ਆਤਮਾ ਦਾ ਨਿਜ ਘਰ ਦੇ ਵਿੱਚ ਨਿਵਾਸ ਹੋ ਗਿਆ, ਉਸ ਦਾ ਆਵਾਗਣ ਦਾ ਆਵਾਗਮਣ ਦਾ ਗੇੜਾ ਵੀ ਖਤਮ ਹੋ ਗਿਆ। ਉਹ ਆਤਮਾ ਸਤ ਚਿਤ ਆਨੰਦ ਪਰਮਾਤਮਾ ਵਿੱਚ ਮਿਲ ਕੇ ਸਤਿਗੁਰੂ ਅਰਜਨ ਦੇਵ ਜੀ ਦੇ ਫਰਮਾਨ ਅਨੁਸਾਰ ਸੁਖੀ ਸਹੇਲਾ ਆਨੰਦਿਤ ਆਤਮਿਕ ਜੀਵਨ ਮਾਣਦੀ ਹੈ। ਸੋਹਲੇ ਦੀ ਬਾਣੀ ਅੰਦਰ ਆਪ ਦਾ ਫਰਮਾਨ ਹੈ, ਨਿਜ ਕਰ ਮਹਿਲ ਭਾਵੋ ਸੁਖ ਸਹਜੇ, ਬੋਹਰ ਨਾ ਹੋਏ ਗੋ ਫੇਰਾ। ਸੋ ਮੇਜਰ ਸਾਹਿਬ ਮਨ ਵਿੱਚੋਂ ਸੰਸੇ ਬਿਰਤੀ ਦਾ ਤਿਆਗ ਕਰਕੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਦੇ ਮਾਰਗ ਨੂੰ ਅਪਣਾ ਲਵੋ, ਫਿਰ ਸਤਿਗੁਰਾਂ ਦੀਆਂ ਖੁਸ਼ੀਆਂ ਹੀ ਖੁਸ਼ੀਆਂ। ਕਾਫੀ ਸਮਾਂ ਸੰਗਤ ਵੀ, ਮੇਜਰ ਸਾਹਿਬ ਅਤੇ ਤਾਰਾ ਸਿੰਘ ਵੀ ਬਾਬਾ ਜੀ ਦੇ ਮੌਲਿਕ ਬਚਨਾਂ ਦਾ ਆਨੰਦ ਮਾਣਦੇ ਰਹੇ। ਇਸ ਮਿਲਾਪ ਤੋਂ ਬਾਅਦ ਜਦ ਵੀ ਸਰਦਾਰ ਪਿਆਰਾ ਸਿੰਘ ਜੀ ਨੇ ਪਲਟਣ ਵਿੱਚ ਛੁੱਟੀ ਆਉਣਾ, ਬਹੁਤਾ ਸਮਾਂ ਬਾਬਾ ਜੀ ਦੀ ਸੰਗਤ ਦਾ ਆਨੰਦ ਮਾਣਨਾ ਅਤੇ ਕਈ ਕਈ ਦਿਨ ਬਾਬਾ ਜੀ ਪਾਸ ਰਹਿ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਕੇ ਸੰਗਤੀ ਲਾਹਾ ਪ੍ਰਾਪਤ ਕਰਨਾ। ਮੇਜਰ ਪਿਆਰਾ ਸਿੰਘ ਦੀ ਸੰਗਤ ਨਾਲ ਹੋਰ ਕਈ ਪ੍ਰਾਣੀ ਗੁਰੂ ਚਰਨਾਂ ਨਾਲ ਜੁੜੇ ਤੇ ਅੰਮ੍ਰਿਤ ਛਕ ਕੇ ਗੁਰੂ ਚਾਲੀ ਦੇ ਧਾਰਨੀ ਬਣ ਕੇ ਆਪਣੇ ਲੋਕ ਸੁਖੀ ਪ੍ਰਲੋਕ ਸੁਹੇਲੇ ਕੀਤੇ। ਮੇਜਰ ਸਾਹਿਬ, ਤੁਸੀਂ ਕਿਰਪਾ ਦੀ ਗੱਲ ਕੀਤੀ ਹੈ, ਕਿਰਪਾ ਵੀ ਤਿੰਨ ਤਰ੍ਹਾਂ ਦੀ ਹੈ। ਇੱਕ ਪਰਮਾਤਮਾ ਦੀ ਕਿਰਪਾ, ਦੂਸਰੀ ਗੁਰੂ ਦੀ ਕਿਰਪਾ, ਤੀਸਰੀ ਸਵੈ ਕਿਰਪਾ। ਪਰਮਾਤਮਾ ਨੇ ਸਾਡੇ ਉੱਪਰ ਕਿਰਪਾ ਕੀਤੀ, 84 ਲੱਖ ਜੂਨ ਵਿੱਚੋਂ ਸਭ ਤੋਂ ਸਿਰਮੌਰ ਮਨੁੱਖਾ ਜਨਮ ਬਖਸ਼ਿਸ਼ ਕੀਤਾ। ਇਸ ਤੋਂ ਵੱਡੀ ਪਰਮਾਤਮਾ ਦੀ ਮਿਹਰ ਹੋਰ ਕੀ ਹੋ ਸਕਦੀ ਹੈ। ਸਤਿਗੁਰੂ ਜੀ ਨੇ ਸਾਡੇ ਉੱਪਰ ਕਿਰਪਾ ਕੀਤੀ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਆਪਣੇ ਮੂਲ ਪਰਮਾਤਮਾ ਨਾਲ ਮਿਲਣ ਦਾ ਰਸਤਾ ਬੜੇ ਸੌਖੇ ਢੰਗ ਨਾਲ ਦਰਸਾ ਦਿੱਤਾ। ਹੁਣ ਆਪਣੇ ਉੱਪਰ ਮਨੁੱਖ ਨੇ ਆਪ ਕਿਰਪਾ ਕਰਨੀ ਹੈ। ਜੇ ਮਨੁੱਖ ਸਵੈ ਕਿਰਪਾ ਨਾ ਕਰੇ, ਤਦ ਪਰਮਾਤਮਾ ਦੀ ਕਿਰਪਾ ਤੇ ਗੁਰੂ ਦੀ ਕਿਰਪਾ ਵੀ ਪ੍ਰਫੁੱਲਤ ਨਹੀਂ ਹੁੰਦੀ ਤੇ ਦੋਵੇਂ
ਨਿਸ਼ਫਲ ਚਲੇ ਜਾਂਦੀਆਂ ਹਨ। ਆਪਣੇ ਉੱਪਰ ਆਪ ਕਿਰਪਾ ਕਰਨੀ ਕੀ ਹੈ? ਜੋ ਸਤਿਗੁਰਾਂ ਨੇ ਸਾਨੂੰ ਪ੍ਰਭੂ ਮਿਲਾਪ ਦਾ ਮਾਰਗ ਦਰਸਾਇਆ ਹੈ, ਉਸ ਉੱਪਰ ਮਨ ਬਚ ਕਰਮਾ ਕਰਕੇ ਚੱਲ ਪੈਣਾ। ਜੋ ਆਪਣੇ ਉੱਪਰ ਸਵੈ ਕਿਰਪਾ ਕਰਕੇ ਗੁਰੂ ਚਾਲੀ ਦੇ ਧਾਰਨੀ ਬਣ ਜਾਣਗੇ, ਉਹ ਇੱਕ ਦਿਨ ਆਪਣੀ ਮੰਜ਼ਿਲ ਨੂੰ ਤੈਅ ਕਰ ਲੈਣਗੇ। ਜੋ ਰਸਤਾ ਹੀ ਪੁੱਛੀ ਜਾਣਗੇ ਤੇ ਹੋਰ ਕਿਰਪਾ ਦੀ ਭਾਲ ਵਿੱਚ ਭੱਜੇ ਰਹਿਣਗੇ, ਉਹ ਆਪਣਾ ਅਮੋਲਕ ਮਨੁੱਖਾ ਜਨਮ ਦਾ ਸਮਾਂ ਅਜਾਈਂ ਗੁਆ ਬੈਠਣਗੇ। ਭਾਈ ਗੁਰਦਾਸ ਜੀ ਦਾ ਇਸ ਸੰਬੰਧ ਵਿੱਚ ਬਹੁਤ ਹੀ ਭਾਵਪੂਰਨ ਸਵਈਆ ਹੈ। ਆਪ ਫਰਮਾਨ ਕਰਦੇ ਨੇ ਕਿ ਕੋਈ ਮਨੁੱਖ ਆਪਣੇ ਪ੍ਰੀਤਮ ਦੇ ਦਰ ਦਾ ਰਸਤਾ ਤਾਂ ਪੁੱਛਦਾ ਹੈ ਤੇ ਅਨੇਕਾਂ ਨੂੰ ਪੁੱਛੀ ਜਾਂਦਾ ਹੈ, ਪਰ ਉਸ ਮਾਰਗ ਉੱਪਰ ਕਦਮ ਇੱਕ ਵੀ ਨਹੀਂ ਧਰਦਾ। ਨਿਰਾ ਪੁੱਛਣ ਨਾਲ ਜਾਂ ਗੱਲਾਂ ਬਾਤਾਂ ਕਰਨ ਤੇ ਸੁਣਨ ਦੇ ਨਾਲ ਪ੍ਰੀਤਮ ਪਿਆਰੇ ਦੇ ਦੇਸ਼ ਕਿਵੇਂ ਕੋਈ ਅੱਪੜ ਸਕਦਾ? ਭਾਵ ਨਹੀਂ ਅੱਪੜ ਸਕਦਾ। ਕੋਈ ਰੋਗੀ ਮਨੁੱਖ ਵੈਦ ਪਾਸ ਚਲੇ ਜਾਂਦਾ, ਵੈਦ ਉਸ ਦੀ ਬਿਮਾਰੀ ਪਛਾਣ ਕੇ ਉਸ ਨੂੰ ਦਵਾਈ ਦਿੰਦਾ ਹੈ ਤੇ ਨਾਲ ਪਥ ਪਰਹੇਜ਼ ਰੱਖਣ ਲਈ ਹਦਾਇਤ ਕਰਦਾ ਹੈ। ਪਰ ਰੋਗੀ ਮਨੁੱਖ ਨਾ ਤਾਂ ਸਮੇਂ ਨਾਲ ਦਵਾਈ ਸੇਵਨ ਕਰਦਾ ਹੈ ਤੇ ਨਾ ਹੀ ਪਥ ਪਰਹੇਜ਼ ਰੱਖਦਾ ਹੈ। ਅਜਿਹਾ ਰੋਗੀ ਕਦੇ ਵੀ ਰਾਜੀ ਹੋ ਕੇ ਸੁੱਖ ਨਹੀਂ ਮਾਣ ਸਕਦਾ। ਕੋਈ ਬੀਬੀ ਸੁਹਾਗਣਾ ਨੂੰ ਪਤੀ ਪ੍ਰਸੰਨਤਾ ਦਾ ਰਸਤਾ ਤਾਂ ਪੁੱਛਦੀ ਹੈ, ਪਰ ਦੁਰਾਚਾਰ ਤੇ ਖੋਟੇ ਕਰਮਾਂ ਦਾ ਤਿਆਗ ਨਹੀਂ ਕਰਦੀ। ਅਜਿਹੀ ਇਸਤਰੀ ਕਦੇ ਵੀ ਪਤੀ ਪ੍ਰਸੰਨਤਾ ਤੇ ਸੇਜਾ ਦਾ ਆਨੰਦ ਨਹੀਂ ਮਾਣ ਸਕਦੀ। ਇਸੇ ਤਰ੍ਹਾਂ ਨਿਰਾ ਗਾਉਣ ਸੁਣਨ ਤੇ ਅੱਖਾਂ ਮੀਚ ਕੇ ਬੈਠਣ ਨਾਲ ਕਿਸੇ ਨੂੰ ਪਰਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰਮ ਪਦ ਦੀ ਪ੍ਰਾਪਤੀ ਉਸ ਨੂੰ ਹੋਵੇਗੀ ਜੋ ਗੁਰੂ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਉਸ ਦੀ ਮਨ ਬਚਨ ਤੇ ਕਰਮਾਂ ਕਰਕੇ ਕਮਾਈ ਕਰੇਗਾ। ਭਾਈ ਸਾਹਿਬ ਜੀ ਦਾ ਫਰਮਾਨ ਹੈ, ਪੁੱਛਤ ਪਥਿਕ ਤੇ ਮਾਰਗ ਨਾ ਧਾਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਕਹਿ ਜਾਈਏ। ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਪੁੱਛਤ ਸੁਹਾਗਨ ਹੈ ਕਰਮ ਦੁਹਾਗਨ ਕੈ, ਹਿਰਦੇ ਬੇਵਿਚਾਰ ਕਤ ਸਹਿਜਾ ਬੁਲਾਈਏ। ਗਾਏ ਸੁਨੇ ਆਂਖੇ ਮੀਚੇ ਪਾਈਏ ਨਾ ਪਰਮ ਪਦ, ਗੁਰੂ ਉਪਦੇਸ਼ ਗਏ ਜੋ ਲੋ ਨਾ ਕਮਾਈਏ। ਸੋ ਮੇਜਰ ਸਾਹਿਬ, ਕਿਰਪਾ ਪਰਮਾਤਮਾ ਨੇ ਵੀ ਕੀਤੀ ਹੈ, ਕਿਰਪਾ ਸਤਿਗੁਰੂ ਜੀ ਨੇ ਵੀ ਬੇਨਤ ਕੀਤੀ ਹੈ। ਬਸ ਇਹਨਾਂ ਕਿਰਪਾਵਾਂ ਦਾ ਲਾਹਾ ਪ੍ਰਾਪਤ ਕਰਨ ਲਈ ਹੁਣ ਸਵੈ ਕਿਰਪਾ ਸਮਿਲਿਤ ਕਰਨ ਦੀ ਲੋੜ ਹੈ। ਤਕੜੇ ਹੋ ਕੇ ਗੁਰੂ ਦਰਸਾਏ ਮਾਰਗ ਤੇ ਚੱਲ ਪਵੋ, ਸਵੈ ਕਿਰਪਾ ਸਮਿਲਿਤ ਕਰ ਲਵੋ, ਫਿਰ ਲੋਕ ਵੀ ਸੁਖੀ ਤੇ ਪ੍ਰਲੋਕ ਵੀ ਸਹੇਲੇ ਹੋ ਜਾਣਗੇ। ਇਸ ਮਿਲਾਪ ਤੋਂ ਬਾਅਦ ਸਦਾ ਪਿਆਰਾ ਸਿੰਘ ਜੀ ਨੇ ਅੰਮ੍ਰਿਤ ਪਾਨ ਕਰ ਲਿਆ। ਜਦ ਵੀ ਛੁੱਟੀ ਆਉਣਾ, ਕਈ ਕੇ ਦਿਨ ਬਾਬਾ ਜੀ ਪਾਸ ਠਹਿਰਾਓ ਕਰਕੇ ਨਾਮ ਸਿਮਰਨ ਤੇ ਗੁਰਮਤ ਵਿਚਾਰਾਂ ਦਾ ਲਾਹਾ ਲਾਉਣਾ। ਬੇਜਰ ਸਾਹਿਬ ਦੀ ਸੰਗਤ ਨਾਲ ਪਲਟਣ ਵਿੱਚ ਵੀ, ਰਿਸ਼ਤੇਦਾਰਾਂ ਵਿੱਚ ਵੀ ਬਹੁਤੇ ਪੁਰਾਣੇ ਗੁਰੂ ਚਾਲੀ ਦੇ ਧਾਰਨੀ ਬਣੇ। ਸੰਗਤ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਦੀ ਖਿਮਾ ਦੇਣੀ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।